ਹਾਂਜੀ ਅਗੇਂਸਟ ਆਊਗਾ ਡੈਫੀਨੇਟਲੀ ਸ਼ੋਰਲੀ ਹੈ ਤੁਸੀਂ ਦੇਖੋ ਮੈਨੂੰ ਨਹੀਂ ਪਤਾ ਕਿਵੇਂ ਹੋਣਾ ਬਦਨਾਮੀ ਤੁਹਾਡੀ ਹੁੰਦੀ ਹੈ ਜੀ ਇਹ ਕਰਦੇ ਨੇ 48,000 ਰੁਪਏ ਇਹਨੇ ਲਿਆ ਹੈਗਾ ਜੀ ਇਹ 22,000 ਦੀ ਸਲਿੱਪ ਦੇ ਰਿਹਾ 48,000 ਦੀ ਸਲਿੱਪ ਦੇ ਰਿਹਾ ਮੇਰਾ ਕਿਹੜਾ ਦੁਸ਼ਮਣ ਆ ਮੈਨੂੰ 22,000 ਦਾ ਰਿਕਾਰਡ ਦੇ ਰਿਹਾ 48,000 48,000 ਰੁਪਏ ਲਿਆ ਪੂਰਾ 48,000 ਲਿਆ ਕੀ ਕਹਿੰਦੇ ਅੰਦਰ ਕਿੰਨੇ ਪੈਸੇ ਲਏ ਨੇ ਇਹਨਾਂ ਨੇ ਅੰਦਰ ਫੀਸ ਲਈ ਆ ਠੀਕ ਆ 220 ਕਿਹਨੂੰ ਦਿੱਤਾ ਅੰਦਰ ਤੁਸੀਂ ਆ ਵੀ ਇਹਦੀ ਰਜਿਸਟਰੀ ਹੋ ਗਈ ਨਾ ਸਵੇਰੇ ਇਹਨਾਂ ਨੇ ਦੇਖਿਆ ਮੈਂ ਇਹਨਾਂ ਨੇ ਸਭ ਤੇ ਕੋਈ ਪੈਸਾ ਨਹੀਂ ਮੰਗਿਆ ਵੀ ਇਹਨਾਂ ਨਾਲ ਮੈਂ ਜਦੋਂ ਰਜਿਸਟਰੀ ਹੋ ਗਈ ਮੈਂ ਕਿਹਾ ਹਾਂਜੀ ਤੁਹਾਡਾ ਕੀ ਹਿਸਾਬ ਹੈ ਕਹਿੰਦੇ ਜੀ 32,000 ਮੈਂ ਕਿਹਾ ਜੀ 32,000 ਕਾਹਦਾ ਮੈਂ ਕਿਹਾ ਤੁਸੀਂ ਸਾਨੂੰ ਦੱਸੋ ਮੈਂ ਕਿਹਾ ਤੁਹਾਨੂੰ ਮੈਂ ਪਰਸੋਂ ਵੀ ਕਿਹਾ ਸੀ ਵੀ ਸਰਕਾਰੀ ਫੀਸ ਸਾਨੂੰ ਦੱਸੋ ਵੀ ਕਿੰਨੀ ਕਿੰਨੀ ਆ ਕਹਿੰਦੇ ਜੀ 9,900 ਰੁਪਏ ਸਰਕਾਰੀ ਫੀਸ ਹੈ 3,500 ਰੁਪਏ ਮੇਰੀ ਟੈਪ ਦੀ ਹੈ 500 ਲੰਬੜਦਾਰ ਦਾ 20,000 ਅੰਦਰ ਦਾ ਸੁਣ ਲਓ ਗੱਲ 20,000 ਕਹਿੰਦੇ ਅੰਦਰ ਦਾ ਮੈਂ ਕਿਹਾ ਜੀ ਠੀਕ ਹੈ ਮੈਂ ਕਿਹਾ ਤਾਂ ਵੀ ਇਹ ਬਣਿਆ ਸੀ 12,000 18,000 ਰੁਪਇਆ ਲਿਆ ਮੈਂ ਕਹਿੰਦਾ 48 ਲੈ ਲਿਆ ਠੀਕ ਹੈ ਉਹਦੀ ਮੈਨੂੰ ਦੱਸ ਦੇ 48,000 ਰੁਪਏ ਕਿਹੜੇ ਕੰਮ ਦੇ ਲਈ ਲਿਆ ਅਗਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਵੀ ਲਿਆ ਹੁਣ ਮੰਨ ਲਓ ਇਹ ਕਹਿੰਦੇ ਇਹਨਾਂ ਦੀ ਰਿਸ਼ਤੇਦਾਰ ਆ ਕੁੜੀ ਇਹ ਹੁਣ ਇਹਨੇ ਤਾਂ ਲਿਆ ਨੀ ਹੋਊਗਾ ਰਿਸ਼ਤੇਦਾਰ ਤੋਂ ਜਾਂ ਫਿਰ ਇਹ ਵੀ ਰਿਸ਼ਤੇਦਾਰ ਤੋਂ ਲੈ ਕੇ ਆਊਗਾ ਜੇ ਇਹਨੇ ਰਿਸ਼ਤੇਦਾਰ ਤੋਂ ਲਿਆ ਫਿਰ ਉਹਨੇ ਦਿੱਤੇ ਕਿਹਨੂੰ ਨੇ ਫਿਰ ਉਲਟਾ ਉਹ ਕਹਿੰਦਾ ਵੀ ਮੈਨੂੰ ਉਰੇ ਜੀ ਰੌਲਾ ਨਾ ਪਾਊ ਵੀ ਉਰੇ ਉਹ ਕਰ ਜੋ ਉਹਦੀ ਤੁਸੀਂ ਦੇਖੋ ਤੁਹਾਡੀ ਤਹਿਸੀਲ ਦੇ ਵਿੱਚ ਇਸ ਬੰਦੇ ਦੀ ਕਿਉਂਕਿ ਇਹ ਬੰਦਾ ਸਾਰਿਆਂ ਨਾਲ ਦੇਣ ਦੇਣ ਕਰਦਾ ਮੈਨੂੰ ਪਤਾ ਇਹਦਾ ਬਹੁਤ ਦਿਲ ਦਾ ਇੱਕ ਇੱਥੇ ਤਹਿਸੀਲ ਦੇ ਵਿੱਚ ਇਹ ਵੀ ਹੁੰਦਾ ਸਟਾਮ ਜਿਹੜੇ ਤੁਹਾਡੇ ਨੇ ਜਿਹੜਾ 100 ਰੁਪਏ ਦਾ ਸਟਾਮ ਉਹ 150 ਦੇ ਵੇਚੇ ਜਾ ਰਿਹਾ ਜਿਹੜਾ 1,000 ਰੁਪਏ ਦਾ ਸਟਾਮ ਹੈਗਾ ਉਹਦਾ 1,500 ਰੁਪਏ ਲੈ ਰਹੇ ਜੇ ਮੈਂ ਇਹਨੂੰ ਮੈਨੂੰ ਪ੍ਰੂਫ ਵੀ ਦੱਸ ਸਕਦਾ ਤੁਹਾਨੂੰ ਇਹਦੇ 'ਤੇ ਤੁਸੀਂ ਗੌਰ ਕਰੋ ਅਦਰਵਾਈਜ਼ ਯੂ ਆਲ ਆਰ ਇਨਵੋਲਵ ਇਨ ਦਿਸ ਰੈਕਟ ਠੀਕ ਹੈ ਜੀ ਇਹਦੇ 'ਤੇ ਕਾਰਵਾਈ ਲਈ ਲਿਖੋ ਹੁਣੇ ਲਿਖੋ ਇਹਦੇ ਕੁੜੀ 'ਤੇ ਬਿਆਨ ਲੈ ਕੇ ਪ੍ਰੋਪਰ ਤੁਸੀਂ ਇਹਦੀ ਕਾਰਵਾਈ ਜਿਹੜੀ ਬਣਦੀ ਲਿਖੋ ਜੋ ਰੱਦ ਕਰਨਾ ਰੱਦ ਕਰੋ ਕਾਰਵਾਈ ਕਾਨੂੰਨੀ ਜਿਹੜੀ ਬਣਦੀ ਕਰੋ ਮੈਂ ਤੁਹਾਨੂੰ ਇਸ ਗੱਲ ਦਾ ਦਾਅਵੇ ਨਾਲ ਕਹਿ ਸਕਦਾ ਵੀ ਇਹ ਬੱਚੀ ਜਿਹੜੀ ਸਾਡੀ ਫਰੈਂਡ ਮੈਨੂੰ ਲੱਗਦਾ ਝੂਠ ਨਹੀਂ ਬੋਲਦੀ ਜੋ ਮੈਨੂੰ ਕਿਉਂਕਿ ਇਹਨੇ ਬੋਲਣਾ ਕਿਉਂ ਇਹ ਵਿਚਾਰੇ ਚਲੇ ਗਏ ਸੀ ਇਹਨੇ ਮੈਨੂੰ ਫੋਨ ਕੀਤਾ ਅਤੇ ਮੈਂ ਬਹੁਤ ਦਿਨ ਤੋਂ ਤੰਗ ਹੈਗਾ ਮੈਂ ਉਧਰ ਵੀ ਗੱਲ ਕਹੀ ਸੀ ਮੈਨੂੰ ਇਹ ਚੀਜ਼ ਬਰਦਾਸ਼ਤ ਨਹੀਂ ਜਦੋਂ ਤੁਹਾਨੂੰ ਕੋਈ ਵਿਗਾੜ ਨਹੀਂ ਕੋਈ ਕੰਮ ਨਹੀਂ ਸਰਕਾਰ ਸਾਰੇ ਪਾਸੇ ਸਹੀ ਕੰਮ ਇਹ 20 ਦਿਨ ਤੋਂ ਹੀ ਹੋਇਆ ਜੀ 20-25 ਦਿਨ ਤੋਂ ਹੋਇਆ ਪਹਿਲਾਂ ਤਾਂ ਕੰਮ ਸਹੀ ਸੀਗਾ ਕਿਉਂ ਹੋਇਆ ਹੁਣ ਇਹ ਜਦੋਂ ਤੁਹਾਨੂੰ ਸ਼ਿਕਾਇਤ ਮਿਲਦੀ ਹੈ ਅਸੀਂ ਤਾਂ ਉਹਦੇ ਹੁਣ ਇਹਦੇ 'ਤੇ ਕਾਰਵਾਈ ਲਿਖੀ ਠੀਕ ਸਰ ਹੁਣੇ ਲਿਖੋ ਜਿੱਥੇ ਕਾਰਵਾਈ ਪਰ ਮੈਨੂੰ ਇਹ ਵੀ 48,000 ਰੁਪਏ ਦਾ ਦੇ ਦੇ ਕਿੱਥੇ ਮੈਨੂੰ ਦੱਸ ਦੇ ਠੀਕ ਹੈ ਇਹਦਾ ਜਿਹੜਾ ਪੈਸਾ ਬਣਦਾ ਉਹ ਤਾਂ ਹਿਸਾਬ ਦੱਸ ਦੇਣ 50,000 48,000 ਦਾ ਹਿਸਾਬ ਹੈਗਾ ਆਪਣਾ ਕੰਮ ਕਰ ਲੈਣ ਅਦਰਵਾਈਜ਼ ਲੈ ਕੇ ਕੰਮ ਨਾ ਛੱਡੋ ਤੇਰੇ ਇਹਦੀ ਕੋਈ ਰਜਿਸਟਰੀ ਨਹੀਂ ਅੰਦਰ ਹੋਊਗੀ ਇਹਦੀ ਜਿਹੜੀ ਕਾਰਵਾਈ ਮੈਨੂੰ ਪਤਾ ਇਹਦਾ ਬਹੁਤ ਦਿਲ ਦਾ ਮੈਂ ਕਹਿੰਦਾ ਜਦੋਂ ਸ਼ਹਿਰ ਦਾ ਬੰਦਾ ਆਪਣਾ ਸੁਧਰ ਜੂਗਾ ਹਟ ਜੂਗਾ ਤੁਸੀਂ ਇਹਦੀ ਸੀਨੀਅਰ ਜਿਹੜੀ ਦੇਖੋ ਜੀ ਅਸੀਂ ਤਾਂ ਚਲੋ ਪਬਲਿਕ ਦੇ ਨੁਮਾਇੰਦੇ ਹਾਂ ਇਹ ਪਤਾ ਉਹ ਕੀ ਕਹਿੰਦਾ ਰੌਲਾ ਨਾ ਹੋਵੇ ਇਹਦੀ ਇਹਦੀ ਐਸੀ ਪੈਸਾ ਬੋਲਦਾ ਨਾ ਅੰਦਰ ਧੱਕ ਵੱਜਦੀ ਹੈ ਠੀਕ ਹੈ ਨਾ ਐਡਾ ਬਸ਼ਰਮ ਆ ਹਜੇ ਵੀ ਚੇਅਰ ਤੇ ਬੈਠਾ ਤੈਨੂੰ ਇਸ ਗੱਲ ਦੀ ਸ਼ਰਮ ਨਹੀਂ ਹੈਗੀ ਵੀ ਤੇਰੇ ਕੋਲੇ ਬੰਦੇ ਖੜੇ ਨੇ ਬੈਠ ਜਾ ਸਰਦ ਕਰਦਾ
ਜਿੱਥੇ ਵੀ ਨੇ ਜੀ ਇਹਦੇ ਤੇ ਕਾਰਵਾਈ, ਇਹਨੂੰ ਕੋਈ ਅਸਰ ਨਹੀਂ ਕਿਉਂਕਿ ਇਹਨੂੰ ਪਤਾ ਵੀ ਇੱਦਾਂ ਹੀ ਕੰਮ ਹੁੰਦਾ, ਰੋਜ਼ ਰੌਲਾ ਰੌਲਾ ਪੈ ਕੇ ਆ ਜਾਂਦਾ। ਹੁਣ ਕਾਰਵਾਈ ਚਾਹੀਦੀ ਹੈ, ਜੇਕਰ ਹੁੰਦੀ ਹੈ ਤਾਂ ਠੀਕ ਹੈ, ਅਦਰਵਾਈਜ਼ ਮੈਨੂੰ ਲਿਖ ਕੇ ਦੇਣਾ ਪਊਗਾ। ਤੁਹਾਡੇ ਤੁਹਾਡੀ ਵੀ ਪਿੱਛੇ ਕੰਮ ਕਰ ਲਓ, ਕਿਉਂ ਮੈਨੂੰ ਨਹੀਂ ਪਤਾ ਕਿਵੇਂ ਹੈਗਾ। ਤੁਸੀਂ ਇੱਥੇ ਕਾਰਵਾਈ, ਤੁਸੀਂ ਤੁਸੀਂ ਦੋ ਜੀ ਰੇਟਾਂ ਚਲੋ ਪਿੱਛੇ, ਹੁਣੇ ਨਾਲ ਦੀ ਨਾਲ ਲਾਇਸੈਂਸ ਜਿਹੜਾ ਆਇਆ ਵਾ, ਇੱਕ ਦਿਨ ਦਾ ਕੰਮ ਹੈ, ਰੋਜ਼ ਦਾ ਕੰਮ ਹੈ, ਮੈਨੂੰ ਚਾਹੀਦੇ ਨਹੀਂ। ਤੁਸੀਂ ਜੇ ਚੇਅਰ ਹੋਊਗਾ ਫਿਰ ਹੁਣ ਅੜੀ ਹੋਊਗੀ ਗਈਆਂ ਵਹੀਆਂ, ਮੇਰਾ ਪਤਾ ਹੀ ਸਾਰਾ, ਮੈਂ ਅੜੀ ਨਾਲ ਜਿਹੜੇ ਗੱਲ ਪਾ ਰੱਖਿਆ ਮੇਰੇ ਬਹੁਤ ਲੋਕ ਤੰਗ ਦੇ। ਹੁਣ ਤੁਸੀਂ ਕਹਿੰਦੇ ਹੋ ਅਸੀਂ ਤੁਸੀਂ ਪੈਸੇ ਲਏ ਨਹੀਂ ਨਾ, ਮੈਂ ਵੈਸੇ ਗੱਲ ਕਰਦਾ, ਚਲੋ ਵਾਰੀ ਵੀ ਤੁਸੀਂ ਲਏ ਨਹੀਂ, ਮੈਂ ਟਰਸਟ ਯੂ, ਤੁਸੀਂ ਲਏ, ਨੈਬ ਸਾਹਿਬ ਨੇ ਵੀ ਲਏ, ਇਹਨਾਂ ਨੇ ਵੀ ਲਏ ਜੀ, ਇਹਨਾਂ ਨੇ ਲਏ, ਨੈਬ ਸਾਹਿਬ ਨੇ ਲਏ ਹੈਗੇ, ਇਹੀ ਅੱਗੇ ਕੰਮ ਦੇਖਦੇ, ਫਿਰ ਇਹਨੂੰ ਦਿੱਤੇ ਕਿਉਂ ਨੀ ਪੁੱਛ ਲਓ। ਤੇਰੇ ਝੂਠ ਬੋਲਦੇ ਨੇ, ਇਹਦੀ ਦੁਸ਼ਮਣੀ ਕਰਨਾ ਕੋਈ, ਸੋਨਾ ਜਾ ਕੇ ਚੌਕੀ ਦੇ ਰਿਹਾ, ਝੂਠ ਤਾਂ ਬੋਲ ਰਿਹਾ। ਜੀਦੀ ਵੀ ਨੀ ਹੈਗੀ, ਇਹ ਖਰਚਾ ਕਹਿੰਦਾ 40-45 ਹਜ਼ਾਰ, ਵੀਰ ਮਰ ਗਏ ਜਮਾ ਹੀ, 48 ਹਜ਼ਾਰ ਤੂੰ ਦੱਸ ਕਹਿੰਦਾ ਖਰਚਾ, ਮੈਨੂੰ ਦੱਸ ਤਾਂ ਫਿਰ 22 ਦੇ ਜੀ, 22 ਤੁਸੀਂ ਕੰਮ ਦੇ ਦਿੱਤੀ। ਮਹਿਮਾਨ ਸਾਹਿਬ ਤਾਂ ਲੜਾਈ ਲੜਦੇ ਨੇ, 5000 ਰੁਪਏ ਹੋ ਗਿਆ ਠੀਕ ਹੈ, ਚਲੋ ਬੰਦਾ ਖੁਸ਼ੀ ਤੇ ਵੀ ਦੇ ਦਿੰਦਾ ਵੀ ਕੋਈ ਨੀ ਸਾਡਾ ਕੰਮ, ਪਰ ਇੱਡੀ ਵੀ ਲੁੱਟ ਕਿੱਡੀ ਹੋ ਗਈ, 20,000 ਰੁਪਏ ਵਧਾਈ ਮੰਗਣਗੇ, ਕੰਮ ਕਰਦੇ ਨੇ ਇਹਨਾਂ ਨੂੰ, ਇਹਨਾਂ ਨੂੰ ਜੋ ਹੈਗਾ ਮਿਲ ਜਾਂਦਾ। ਨਾ ਨੈਬ ਸਾਹਿਬ ਨੂੰ ਪਤਾ ਮੇਰੀ ਗੱਲ ਹੋਈ ਹੈ, ਨਾ ਇਹਨਾਂ ਨੂੰ ਪਤਾ, ਨਾ ਤੁਹਾਨੂੰ ਪਤਾ ਮੌਕੇ ਦੇ ਕੀ ਨੇ, ਮੌਕੇ ਦੇ ਕਿਉਂ, ਮੌਕੇ ਦੇ ਗਏ ਨੇ, ਤੇ ਨਹੀਂ ਲਏ ਐਸ ਪੀ ਓ ਦਾ ਮੌਕੇ, ਤੇ ਨਹੀਂ ਲਏ ਐਸ ਪੀ ਸਾਹਿਬ ਤੇ ਲੈ ਸਰ, ਤੇ ਨਹੀਂ ਲਏ ਹੁਣ ਕਾਰਵਾਈ ਕਰੋ, ਠੀਕ ਹੈ ਲਿਖ ਕੇ ਦਿਓ, ਮੈਂ ਤੁਹਾਡੇ ਕਰਦਾ, ਇਹਦੀ ਕਾਰਵਾਈ ਕਰੋ। ਜੇ ਕਾਰਵਾਈ ਨਹੀਂ ਹੁੰਦੀ ਤਾਂ ਮੈਂ ਕਾਰਵਾਈ ਕਰੂੰਗਾ ਜੀ, ਠੀਕ ਹੈ ਠੀਕ ਹੈ ਜੀ, ਆਪਣਾ ਕੰਮ ਕਰਾਈਏ ਚੱਲੀਏ, ਹਰ ਬੰਦਾ ਯਾਰ ਦੁਖੀ ਅਗਲਿਆਂ ਦਾ ਕੰਮ ਕਰਾਈਏ, ਇਹਨਾਂ ਦੇ ਕਿਹਦੇ ਗੜਾਸੇ ਚੱਕੀ ਬੈਠੇ ਨੇ, ਐਂ ਕਹਿੰਦਾ ਅਗਲਾ। ਪਰ ਜੇ ਤੁਸੀਂ ਉਹ ਚ ਇਨਵਾਲਵ ਹੋਊਗੇ, ਦੇਖੋ ਤੁਹਾਡੀ ਜ਼ਿੰਮੇਵਾਰੀ, ਪਰ ਜਿਹੜਾ ਮੈਨੂੰ ਦੱਸ ਰਿਹਾ ਵਾ ਉਹਦੇ ਤੁਸੀਂ ਨਾਲ ਦੀ ਨਾਲ ਆ ਗਏ, ਠੀਕ ਹੈ।
ਕਾਰਵਾਈ ਲਿਖ ਕੇ ਦਿਓ ਹੁਣ ਬਸ ਲਿਆਓ ਲਿਆਓ ਲਿਖ ਕੇ ਲਿਆਓ ਹੁਣ ਐਪਲੀਕੇਸ਼ਨ ਦਿਓ ਮੈਂ ਉਹਦੀ ਜਿੰਨਾ ਮਾਰਕ ਕਰ ਦਿਆਂਗਾ ਲਿਆਓ ਲਿਆਓ ਜਿੰਨਾ ਬੈਠੋ ਮੈਂ ਤੁਹਾਨੂੰ ਮਾਰਕ ਕਰ ਦਿੰਦਾ ਇਹਦੇ ਕਾਰਵਾਈ ਮੈਂ ਕੀ ਕਿਹਾ ਵੀ 25 ਦਿਨ ਤੋਂ ਮੈਂ ਵੀ 25 ਦਿਨ ਤੋਂ ਗਿਆ 25 ਦਿਨ ਤੋਂ ਮੇਰੇ ਤੋਂ ਵੱਧ ਕੀ ਕਰੀਏ ਇਹਨੂੰ ਇਹਨੂੰ ਸ਼ਰਮ ਲਾਈ ਪਈ ਹੈ ਇਹਨੂੰ ਲਿਖ ਕੇ ਦੇ ਦਿਓ ਜਦੋਂ ਦੇਖ ਕੇ ਲੋਕਾਂ ਲਿਖ ਕੇ ਲਾਓ ਆਪਣਾ ਨਾਲ ਜ਼ਿੰਮੇਵਾਰੀ ਵੀ ਅੱਗੇ ਲੋਕ ਨਾਲ ਜ਼ਿੰਮੇਵਾਰ ਤੁਸੀਂ ਬਚਾਉਣ ਤਾਂ ਨਾਲ ਕਹਿੰਦੇ ਆ ਜਾਂਦੇ ਬੰਦਾ ਬਣਿਆ ਵੀ ਬਚਾਉਣ ਵਾਲੇ ਦੇ ਨਾਲ ਵੀ ਆ ਗਏ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਦੱਸ ਦਿਓ ਬਚਾਉਣ ਵਾਲੇ ਦਾ ਵੀ ਸਾਨੂੰ ਕਿਹਨੂੰ ਬੁਰਾ ਪਾਇਆ ਮੈਨੂੰ ਨਾ ਕਿਉਂ ਕਰ ਲਿਖ ਲਿਖਵਾ ਤੇਰੀ ਤਾਂ ਰਿਸ਼ਤੇਦਾਰ ਆ ਸੱਚੇ ਫੋਨ ਲਾਰਾ ਸਾਹਿਬ।